ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹਿੱਸੇ ਰੂਟਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਸਕੂਲ ਕਾਲਜ ਅਧਿਆਪਕਾਂ ਲਈ ਖੁਸ਼ਖਬਰੀ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਤੋਂ ਕੋਈ ਹੋਰ ਕੰਮ ਨਹੀਂ ਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਤੇ ਕਾਲਜਾਂ ਦੇ ਪ੍ਰੋਫੈਸਰ ਹੁਣ ਸਿਰਫ ਵਿਦਿਆਰਥੀਆਂ ਨੂੰ ਪੜਾਉਣ ਵੱਲ ਧਿਆਨ ਦੇਣਗੇ। ਭਗਵੰਤ ਮਾਨ ਨੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਦੇ ਸਾਰੇ ਬਕਾਏ ਮਸਲੇ ਜਲਦੀ ਹੱਲ ਕਰ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਆਪਣੀ ਸਮਰੱਥਾ ਦਿਖਾਉਣ ਲਈ ਭਰਪੂਰ ਮੌਕੇ ਚਾਹੀਦੇ ਹਨ ਜੇਕਰ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂ ਤਾਂ ਹੋ ਸਾਡੇ ਦੇਸ਼ ਅਤੇ ਸਮਾਜ ਦੇ ਲਈ ਆਦਰਸ਼ ਨਾਗਰਿਕ ਬਣ ਸਕਦੇ ਹਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਪੋਸਟ میٹرਿਕ ਸਕਾਲਰਸ਼ਿਪ ਅਤੇ ਸ਼ਗਨ ਸਕੀਮ ਤਹਿਤ 214 ਕਰੋੜ ਰੁਪਏ ਜਾਰੀ ਆਪ ਸਰਕਾਰ ਨੇ ਵਾਅਦੇ ਪੂਰੇ ਕਰਦੇ ਹੋਏ ਪੰਜਾਬ ਦੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੋਸਟ میٹرਿਕ ਸਕਾਲਰਸ਼ਿਪ ਅਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਜਾਰੀ ਕੀਤੇ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮਾਰਚ 2022 ਤੱਕ ਬਕਾਇਆ ਪਏ ਨੂੰ ਕਲੀਅਰ ਕਰਦਿਆਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ 184 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਦੋਂ ਕਿ ਦਸੰਬਰ 2021 ਤੱਕ ਸ਼ਗਨ ਸਕੀਮ ਦੇ ਤਹਿਤ 30.16 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਕੁਝ ਪੁਰਾਣੀਆਂ ਇਮਾਰਤਾਂ ਦੀ ਫੌਰੀ ਸਾਮ ਸੰਭਾਲ ਦੀ ਲੋੜ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੂਰੰਦੇਸ਼ ਅਗਵਾਈ ਹੇਠਾਂ ਆਪ ਸਰਕਾਰ ਅੰਬੇਦਕਰਪਾਉਨਾ ਦੀ ਉਸਾਰੀ ਦੇ ਸਾਮ ਸੰਭਾਵ ਦੇ ਲਈ ਵਚਨਬੱਧ ਹੈ। ਸ਼੍ਰੀ ਮੁਖਤਸਰ ਸਾਹਿਬ ਲੰਬੀ ਦੀ ਘਟਨਾ ਸੰਬੰਧੀ ਮੈਨੂੰ ਨਮੋਸ਼ੀ ਹੋਈ ਗੁਰਮੀਤ ਸਿੰਘ ਖੁੱਡੀਆਂ ਲੰਬੀ ਵਿਖੇ ਨਰਮੇ ਦੀ ਸੁੰਢੀ ਸੰਬੰਧੀ ਮਾਜਦੇ ਨੂੰ ਲੈ ਕੇ ਕਿਸਾਨਾਂ ਵੱਲੋਂ ਨਾਇਬ ਤਹਿਸੀਲਦਾਰ ਤੱਕਰਾਉ ਕਰਨ ਤੇ ਸਮਗਰੋਂ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੀ ਘਟਨਾ ਦੀ ਗੂੰਜ ਫੈਲਣ ਲੱਗੀ ਹੈ। ਦਫ਼ਤਰ ਉਹਨਾਂ ਚ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਘਟਨਾ ਤੇ ਚਿੰਤਾ ਪ੍ਰਗਟ ਕੀਤੀ। ਮੈਸ ਹਲਕੇ ਦਾ ਸੇਵਾਦਾਰ ਹੋਣ ਕਾਰਨ ਮੈਨੂੰ ਬਹੁਤ ਨਮੂਸ਼ੀ ਹੋਈ ਉਹਨਾਂ ਨੇ ਕਿਹਾ ਜੀ ਸਾਨੂੰ ਸਭ ਨੂੰ ਰਲ ਮਿਲ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ ਨਵਜੋਤ ਸਿੱਧੂ ਨਾਲ ਮੀਟਿੰਗ ਮਗਰੋਂ ਸੁਖਪਾਲ ਕਹਿਰਾ ਦਾ ਬਿਆਨ ਇਸ ਨੂੰ ਧੜੇ ਦੀ ਮੀਟਿੰਗ ਨਾ ਸਮਝਿਆ ਜਾਵੇ ਨਵਜੋਤ ਸਿੱਧੂ ਵੱਲੋਂ ਲੁਧਿਆਣਾ ਵਿਖੇ ਸਾਬਕਾ ਵਿਧਾਇਕ ਰਕੇਸ਼ ਪਾਂਡੇ ਤੇ ਕਰ ਕਾਂਗਰਸੀ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਇਸ ਦੇ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਕਹਿਰਾ ਤੋਂ ਇਲਾਵਾ ਚੋਣ ਹਾਰਨ ਵਾਲੇ ਕਈ ਉਮੀਦਵਾਰਾਂ ਨੇ ਹਿੱਸਾ ਲਿਆ ਮੀਟਿੰਗ ਤੋਂ ਬਾਅਦ ਸੁਖਪਾਲ ਖੈਰਾ ਨੇ ਕਿਹਾ ਕਿ ਇਸ ਮੀਟਿੰਗ ਨੂੰ ਕਿਸੇ ਟੜੇਬੰਦੀ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਇਹ ਕਾਂਗਰਸ ਦੀ ਮੀਟਿੰਗ ਸੀ ਨਵਜੋਤ ਸਿੱਧੂ ਨੇ ਅਸਤੀਫਾ ਜ਼ਰੂਰ ਦਿੱਤਾ ਪਰ ਹਾਈ ਕਮਾਂਡ ਨੇ ਅਜੇ ਤੱਕ ਉਸ ਨੂੰ ਸਬਕਾਰ ਨਹੀਂ ਕੀਤਾ ਇਸ ਲਈ ਉਹ ਵੀ ਮੁਕੀ ਹਨ ਦੁਕਾਨਦਾਰਾਂ ਨੂੰ ਚੇਤਾਵਨੀ 20 ਦਿਨਾਂ ਚੋਂ ਕੰਪਨੀਆਂ ਨੂੰ ਵਾਪਸ ਦੇ ਚੁ ਪਟਾਕੇ ਵਾਲੇ ਸਾਇਲੈਂਸਰ ਇੱਕਵੇਂ ਦਿਨ ਹੋਣਗੇ ਪਰਚੇ ਸੋ ਵੱਡੀ ਖਬਰ ਆ ਪਰ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਹੈ ਜੀ ਜੇਕਰ ਤੁਸੀਂ ਹਾਲੇ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਟਰੈਫਿਕ ਪੁਲਿਸ ਨੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਾਲੇ ਸਾਇਲੈਂਸਰ ਵੇਚਣ ਵਾਲੇ ਦੁਕਾਨਦਾਰਾਂ ਤੇ ਮਕੈਨਿਕਾਂ ਦੀ ਮੀਟਿੰਗ ਬੁਲਾਈ ਹਾਲਾਕੀ ਸਵਾਰ ਟ੍ਰੈਫਿਕ ਪੁਲਿਸ ਨੇ ਦੁਕਾਨਦਾਰਾਂ ਨੂੰ 20 ਦਿਨਾਂ ਦਾ ਸਮਾਂ ਦਿੱਤਾ ਉਹਨਾਂ ਨੇ ਕਿਹਾ ਜੀ 20 ਦਿਨਾਂ ਦੇ ਵਿੱਚ ਜਿਨ੍ਹਾਂ ਕੋਲ ਵੀ ਸਾਇਲੈਂਸਰ ਹਨ ਉਹਨਾਂ ਨੂੰ ਕੰਪਨੀਆਂ ਨੂੰ ਵਾਪਸ ਭੇਜਣ ਨਹੀਂ ਤਾਂ ਇੱਕਵੇਂ ਦਿਨ ਟ੍ਰੈਫਿਕ ਪੁਲਿਸ ਉਕਤ ਸਾਇਲੈਂਸਰ ਵੇਚਣ ਵਾਲਿਆਂ ਤੇ ਫਿੱਟ ਕਰਨ ਵਾਲੇ ਮਕੈਨਿਕਾਂ ਦੇ ਖਿਲਾਫ ਐਫ ਆਈ ਆਰ ਦਰਜ ਕਰੇਗੀ ਟ੍ਰੈਫਿਕ ਥਾਣੇ ਦੇ ਏ ਡੀ ਸੀ ਪੀ ਟ੍ਰੈਫਿਕ ਗੰਨਗੇਸ਼ ਕੁਮਾਰ ਤੇ ਏਸੀ ਏਸੀਪੀ ਰੋਸ਼ਨ ਲਾਲ ਦੀ ਅਗਵਾਈ ਵਿੱਚ ਬੁਲਟ ਮੋਟਰਸਾਈਕਲਾਂ ਦੇ ਐਸੈਸਰੀ ਵੇਚਣ ਵਾਲੇ ਜਾਂ ਤੇ ਮਕੈਨਿਕਾਂ ਨੂੰ ਬੁਲਾਇਆ ਗਿਆ ਸੀ ਹੁਣ ਕੋਈ ਵੀ ਲਾਪਰਵਾਹੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਮਾਨ ਸਰਕਾਰ ਸਾਹਮਣੇ ਨਵੀਂ ਚੁਣੌਤੀ ਕਿਸਾਨਾਂ ਤੋਂ ਗੁੱਸੇ ਰੈਵੈਨਿਊ ਅਫਸਰਾਂ ਮਿਥੇ ਸਮੇਂ ਲਈ ਗਏ ਹੜਤਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਕੋਲੋਂ ਹੱਲ ਕਰਨ ਦੇ ਲਈ ਕਈ ਮੁੱਦੇ ਹਨ ਇੱਕ ਹੋਰ ਮੁਸ਼ਕਲ ਖੜੀ ਹੋ ਗਈ ਅਜੇ ਲੰਬੀ ਵਿੱਚ ਸੋਮਵਾਰ ਨੂੰ ਪਾਣੀ ਫਸਲ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ਨੇ ਕਈ ਅਧਿਕਾਰੀਆਂ ਨੂੰ ਲੰਬੀ ਦੇ ਵਿੱਚ ਬੰਦੀ ਬਣਾਏ ਜਾਣ ਤੋਂ ਬਾਅਦ ਰੈਵਨਿਊ ਅਫਸਰਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕਰ ਲਿਆ ਹੈ ਪੰਜਾਬ ਰੈਵਨਿਊ ਅਧਿਕਾਰੀ ਸੰਘ ਨੇ ਮੰਗਲਵਾਰ ਨੂੰ ਕਿਸਾਨਾਂ ਤੇ ਲੰਬੀ ਵਿੱਚ ਬਦਸਲੂਕੀ ਕਰਨ ਦੇ ਦੋਸ਼ ਲਾਏ ਨੇ ਤੇ ਨਾਲ ਹੀ ਸੰਘ ਨੇ ਇਸ ਕਾਰਨ ਕਰਕੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਹੈ ਬੱਚੇ ਨੂੰ ਕਬੂਤਰ ਉਡਾਉਣਾ ਪਿਆ ਮਹਿੰਗਾ ਪੁਲਿਸ ਵੱਲੋਂ 14 ਸਾਲਾ ਬੱਚੇ ਨੂੰ 3 ਦਿਨਾਂ ਤੱਕ ਹਿਰਾਸਤ ਵਿੱਚ ਲੈ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਅੱਜ ਜਾਣਕਾਰੀ ਮੁਤਾਬਕ ਬੱਚੇ ਤੇ ਸੋਨਾ ਚੋਰੀ ਕਰਨ ਦਾ ਦੋਸ਼ ਹੈ ਜਿਸ ਕਾਰਨ ਗਵਾਂਡੀ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦੂਜੇ ਪਾਸੇ ਬੱਚੇ ਦੇ ਪਿਤਾ ਨੇ ਬਿਆਨ ਦਿੱਤਾ ਕਿ ਉਸ ਦੇ ਬੱਚੇ ਨੇ ਕੋਈ ਚੋਰੀ ਨਹੀਂ ਕੀਤੀ ਉਸ ਨੇ ਦੱਸਿਆ ਕਿ ਬੱਚੇ ਨੇ ਛੱਤ ਤੇ ਕਬੂਤਰ ਰੱਖੇ ਹਨ ਇਸ ਲਈ ਜਦੋਂ ਉਹ ਛੱਤ ਤੇ ਕਬੂਤਰ ਨੂੰ ਡਾਉਣ ਗਿਆ ਤਾਂ ਉਸ ਸਮੇਂ ਕਬੂਤਰ ਗਵਾਂਡੀ ਦੀ ਛੱਤ ਤੇ ਚਲਾ ਗਿਆ ਜਦੋਂ ਬੱਚਾ ਕਬੂਤਰ ਫੜ ਲਈ ਉਹਨਾਂ ਦੀ ਛੱਤ ਤੇ ਗਿਆ ਕਬੂਤਰ ਫੜਦੇ ਸਮੇਂ ਸੀਸੀਟੀਵੀ ਕੈਮਰੇ ਦੇ ਵਿੱਚ ਅਚਾਨਕ ਦੂਜੇ ਪਾਸੇ ਹੋ ਗਏ ਤੇ ਜਦੋਂ ਬੱਚੇ ਨੇ ਸੀਸੀਟੀਵੀ ਕੈਮਰੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਮਰੇ ਬੰਦ ਹੋ ਗਏ ਇਸ ਕਰਕੇ ਉਹਨਾਂ ਦੇ ਗਵਾਂਡੀ ਨੇ ਉਸਤੇ 5 ਤੋਲੇ ਸੋਨਾ ਚੋਰੀ ਕਰਨ ਦਾ ਇਲਜ਼ਾਮ ਲਾ ਦਿੱਤਾ ਹੈ ਪੁਲਿਸ ਦੇ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਛਾਪਾ 1.50 ਕਰੋੜ ਤੋਂ ਵੱਧ ਦੀ ਰਾਸ਼ੀ ਬਰਾਮਦ ਅੱਜ ਬਾਅਦ ਦੁਪਹਿਰ ਪੁਲਿਸ ਨੇ ਹਸ਼ਿਆਰਪੁਰ ਟਾਂਡਾ ਰੋਡ ਤੇ ਸਥਿਤ ਇੱਕ ਇਮਾਰਤ 'ਚੋਂ ਛਾਪੇਮਾਰੀ ਕਰਕੇ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠਾਂ 8 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਡੇਢ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਬਰਾਮਦ ਕੀਤੀ ਹੈ। ਵਧਾਇਕਾਂ ਤੇ ਸੀਨੀਅਰ ਆਪ ਲੀਡਰਾਂ ਨੂੰ ਬੋਰਡ ਕਾਰਪੋਰੇਸ਼ਨਾਂ 'ਚ ਲਗਾਏਗੀ ਭਗਵੰਤ ਮਾਨ ਸਰਕਾਰ ਮੰਗੀ ਸੂਚੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਲੱਗੇ ਚੇਅਰਮੈਨਾਂ ਤੇ ਡਾਇਰੈਕਟਰਾਂ ਦੀ ਸੂਚੀ ਮੰਗੀ ਹੈ। ਪਾਰਟੀ ਵਿਧਾਇਕ ਅਤੇ ਹੋਰ ਸੀਨੀਅਰ ਆਗੂਆਂ ਨੂੰ ਇਸ ਤੇ ਲਾਉਣ ਦੀ ਤਿਆਰੀ ਚੱਲ ਰਹੀ ਹੈ ਮੁੱਖ ਮੰਤਰੀ ਦਫ਼ਤਰ ਦੇ ਸਾਰੇ ਵਿਭਾਗਾਂ ਨੂੰ ਸੰਦੇਸ਼ ਭੇਜੇ ਹਨ ਕਿ ਉਹਨਾਂ ਅਧੀਨ ਕੰਮ ਕਰ ਰਹੇ ਬੋਰਡਾਂ ਕਾਰਪੋਰੇਸ਼ਨਾਂ ਤੇ ਚੇਅਰਮੈਨਾਂ ਦੇ ਡਾਇਰੈਕਟਰਾਂ ਦੀ ਸੂਚੀ ਮੰਗ ਲਈ ਹੈ ਇਹ ਸੂਚੀ ਕੱਲ ਤੱਕ ਦੇਣ ਦੇ ਲਈ ਕਿਹਾ ਗਿਆ ਹੈ ਹਾਲਾਂਕਿ ਪਿਛਲੀ ਸਰਕਾਰ ਦੇ ਦੌਰਾਨ ਜਿਨ੍ਹਾਂ ਬੋਰਡ ਅਤੇ ਕਾਰਪੋਰੇਸ਼ਨ ਚੁ ਚੇਅਰਮੈਨ ਆਦ ਨਿਯੁਕਤ ਕੀਤੇ ਗਏ ਸਨ ਉਹਨਾਂ ਨੂੰ ਵੀ ਜ਼ੁਬਾਨੀ ਤੌਰ ਤੇ ਅਸਤੀਫਾ ਦੇਣ ਦੇ ਲਈ ਕਿਹਾ ਗਿਆ ਹੈ ਚੰਡੀਗੜ੍ਹ ਮੁੱਦੇ ਤੇ ਐਮਪੀ ਜਸਪੀਰ ਡਿੰਪਾ ਦੇ ਬੋਲ ਪੰਜਾਬ ਨੂੰ ਲਾਈ ਜਾ ਰਹੀ ਹੈ ਟਾ ਨਹੀਂ ਕਰਾਂਗੇ ਬਰਦਾਸ਼ਤ ਚੰਡੀਗੜ੍ਹ ਵਿੱਚ ਕੇਂਦਰੀ ਸੇਵਾ ਨਿਯਮ ਲਾਗੂ ਕੀਤੇ ਜਾਣ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਜੀ ਵਿਰੋਧੀ ਪਾਰਟੀਆਂ ਦੇ ਵਾਕ-ਵਾਖਾ ਆਗੂਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਚੰਡੀਗੜ੍ਹ ਦੇ ਕਰਮਚਾਰੀਆਂ ਅਤੇ ਕੇਂਦਰੀ ਕਾਨੂੰਨ ਲਾਗੂ ਕਰਨ ਦਾ ਮੁੱਦਾ ਸੰਸਦ ਵਿੱਚ ਗੂੰਜਿਆ ਖੰਡੂਰ ਸਾਹਿਬ ਤੋਂ ਕਾਂਗਰਸ ਦੇ ਆਗੂ ਅਤੇ ਸੰਸਦ ਮੈਂਬਰ ਜਸਵੀਰ ਗਿੱਲ ਡਿੰਪਾ ਨੇ ਲੋਕ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਉਹਨਾਂ ਨੇ ਕਿ ਆ ਜੀ ਪੰਜਾਬ ਨੂੰ ਹਰ ਪਾਸੇ ਤੋਂ ਟਾਲ ਲਾਈ ਜਾ ਰਹੀ ਹੈ ਪਹਿਲਾਂ ਚੰਡੀਗੜ੍ਹ ਜੋ ਪੰਜਾਬ ਦੀ 60% ਦੀ ਹਿੱਸੇਦਾਰੀ ਸੀ ਉਸ ਨੂੰ ਖਤਮ ਕੀਤਾ ਜਾ ਰਿਹਾ ਕੇਂਦਰ ਵੱਲੋਂ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਬੀਬੀ ਐਮਬੀ ਜੂ ਮੈਂਬਰ ਹਮੇਸ਼ਾ ਪਾਵਰ ਪੰਜਾਬ ਰਿਹਾ ਹੈ ਤੇ ਹੁਣ ਵੀ ਇਸ ਵਿੱਚ ਕੇਂਦਰ ਨੇ ਦਖਲ ਅੰਦਾਜ਼ੀ ਕਰਤੀ ਹੈ ਕਿਸਾਨਾਂ ਦੇ ਵੱਲੋਂ ਤਹਿਸੀਲਦਾਰ ਨੂੰ ਬੰਦੀ ਬਣਾਉਣ ਦੇ ਵਿਰੋਧ ਚ ਪੰਜਾਬ ਭਰ ਤੇ ਪੜਟਵਾਰੀ ਗਏ ਹੜਤਾਲ ਤੇ ਦਲਿਤ ਭਾਈਚਾਰੇ ਦੇ लाठीचार्ज ਦਾ ਮੂੜ ਮਾਮਲਾ ਪੱਖਿਆ ਨਜਾਇਜ਼ ਜਾਇਜ਼ਾ ਲੈਣ ਪੁੱਛਿਆ ਸੀ ਕਮਿਸ਼ਨ ਦੇ ਮੈਂਬਰ 3 ਮਹੀਨੇ ਪਹਿਲਾਂ ਬਾਬਾ ਜੀਮਨ ਸਿੰਘ ਗੁਰਦੁਆਰੇ ਦੀ ਜਗ੍ਹਾ ਤੇ ਲੈ ਕੇ ਹੋਏ ਮذਵੀ ਸਿੱਖ ਭਾਈਚਾਰੇ ਤੇ ਪੁਲਿਸ ਦੇ लाठीचार्ज ਦਾ ਮਾਮਲਾ ਮੂੜ ਪੱਖ ਦਾ ਜਾ ਰਿਹਾ ਜਿਸ ਸੰਬੰਧੀ ਅੱਜ ਪੂਨਮ ਕਾਂਗੜ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਮੌਕੇ ਤੇ ਪਹੁੰਚੇ ਤੇ ਝਗੜੇ ਦਾ ਜਾਇਜ਼ਾ ਲਿਆ ਉਨ੍ਹਾਂ ਨੇ ਦੱਸਿਆ ਕਿ ਮਿਤੀ 29 ਦਸੰਬਰ 2021 ਨੂੰ ਮਦਵੀ ਸਿੱਖ ਭਾਈਚਾਰੇ ਵੱਲੋਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਬਣਾਉਣ ਲਈ ਜਗ੍ਹਾ ਤੇ ਨਿਸ਼ਾਨ ਸਾਹਿਬ ਦਾ ਆਯੋਜਨ ਕੀਤਾ ਗਿਆ ਸਮੋਕੇ ਨਗਰ ਕੌਂਸਲ ਦੇ ਅਧਿਕਾਰੀਆਂ ਸਨ। ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਪਹੁੰਚ ਕੇ ਉਨ੍ਹਾਂ ਦੇ ਧਾਰਮਿਕ ਸਵਾਗਤ ਨੂੰ ਖਰਾਬ ਕਰ ਦਿੱਤਾ ਗਿਆ। 6ਵੇਂ ਪੰਜਾਬ ਵਿੱਤ ਕਮਿਸ਼ਨ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਸੌਂਪੀ ਆਪਣੀ ਰਿਪੋਰਟ। ਸ਼ੀਮੇ ਪੰਜਾਬ ਵਿੱਤ ਕਮਿਸ਼ਨ ਨੇ 2021-22 ਤੋਂ 2025-26 ਤੱਕ ਆਪਣੀ ਰਿਪੋਰਟ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਸੌਂਪ ਦਿੱਤੀ ਹੈ ਪੰਜਾਬ ਦੇ ਵਿੱਤੀ ਕਮਿਸ਼ਨ ਦੇ ਚੇਅਰਮੈਨ ਕੇ ਆਰ ਲਖਣਪਾਲ ਆਈਐਸ ਸੇਵਾਮੁਕਤ ਸਾਬਕਾ ਮੁਖ ਸਕੱਤਰ ਪੰਜਾਬ ਮੈਂਬਰ ਵਜਾਰ ਲਿੰਗਮ ਆਈਐਸ ਸੇਵਾਮੁਕਤ ਡਾਕਟਰ ਬੀਐਸ ਕੋਮਨ ਮਾਹਰ ਮੈਂਬਰਾਂ ਦੇ ਸੰਵਿਧਾਨ ਦੇ ਅਨੁਛੇਦ 243/1/4 ਅਤੇ 243Y2 ਦੇ ਅਨੁਸਾਰ ਅਗਲੇਰੀ ਲੋੜਿੰਦੀ ਕਾਰਵਾਈ ਲਈ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਰਾਜਪਾਲ ਨੂੰ ਕਮਿਸ਼ਨ ਦੁਆਰਾ ਕੀਤੀ ਗਈ ਹਰ ਸਿਫਾਰਸ਼ ਨੂੰ ਵਿਧਾਨ ਸਭਾ ਅੱਗੇ ਰੱਖਣ ਦੀ ਲੋੜ ਹੈ ਪੈਣ ਜੀ ਮਾਫ ਕਰਨਾ ਦਾਖਲੇ ਲਈ ਤਾਂ ਵੇਟਿੰਗ ਚੱਲ ਰਹੀ ਹੈ ਪੰਜਾਬ ਦੇ ਕਿਸੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਆਪਣੇ ਬੱਚੇ ਦਾਖਲ ਕਰਵਾਉਣ ਲਈ ਕਿਸੇ ਔਰਤ ਨੂੰ ਇਹ ਸੁਣਨਾ ਪਵੇ ਪੈਣ ਜੀ ਮਾਫ ਕਰਨਾ ਦਾਖਲੇ ਲਈ ਤਾਂ ਅੱਗੇ ਵੇਟਿੰਗ ਚੱਲ ਰਹੀ ਹੈ ਵੀਰ ਜੀ ਤੁਸੀਂ ਬੱਚੇ ਨੂੰ ਦਾਖਲ ਕਰੋ ਕਹੋ ਤਾਂ ਕਿਸੇ ਤੋਂ ਸਿਫਾਰਸ਼ ਲਵਾ ਦਾਂ ਤਾਂ ਬੜੀ ਹੀ ਆਸ ਲੈ ਕੇ ਇੱਥੇ ਆਏ ਆ ਇਸ ਲਈ ਹੁਣ ਅਸੀਂ ਕਿਧਰੇ ਹੋਰ ਸਕੂਲਾਂ ਵਿੱਚ ਦਾਖਲਾ ਨਹੀਂ ਕਰਾਵਾਂਗੇ ਪਹਿਲੀ ਨਜ਼ਰੇ ਤਾਂ ਸੁਣਦਾ ਜੀ ਮਾਮਲਾ ਲੱਗਦਾ ਪਰ 4 ਸਾਲ ਪਹਿਲਾਂ ਇੱਕ ਛੋਟੇ ਜਿਹੇ ਪਿੰਡ ਕੂਠੇਂਦਰ ਸਿੰਘ ਵਾਲਾ ਦੇ ਇੱਕ ਅਧਿਆਪਕ ਆਪਣੇ ਸਕੂਲ ਦੇ ਵਿੱਚ ਘਟਦੀ ਵਿਦਿਆਰਥੀਆਂ ਦੀ ਗਿਣਤੀ ਤੇ ਸਕੂਲ ਨੂੰ ਬੰਦ ਹੋਣ ਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਨਾਲ ਲੈ ਕੇ ਲਾਗਲੇ ਗਵੰਡੀ ਪਿੰਡਾਂ ਵਿੱਚ ਦਾਖਲਾ ਕਰ ਲਿਆ ਨਿਕਲਿਆ ਸੀ ਉਸਨੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਵੀ ਦੇਣਾਉਣਗੇ ਦਾਖਲੇ ਦਾ ਇਹ ਢੰਗ ਕਿ ਅਧਿਆਪਕ ਜੋ ਇਸ ਘਰ ਵਿੱਚ ਜਾਂਦਾ ਵਿਦਿਆਰਥੀਆਂ ਦੇ ਗਿਆਨ ਪਰਖਣ ਦੀ ਗੱਲ ਕਹਿੰਦਾ ਤੇ ਘਰ ਤੇ ਮੌਜੂਦ ਹੈ ਆਣਦੇ ਵਿਦਿਆਰਥੀਆਂ ਨਾਲ ਮੁਕਾਬਲਾ ਮਾਪਿਆਂ ਦੇ ਸਾਹਮਣੇ ਕਰਵਾਇਆ ਜਾਂਦਾ ਜਿਸ ਦੇ ਨਤੀਜੇ ਵਜੋਂ ਜਿੰਨੇ ਵੀ ਪਿੰਡਾਂ ਵਿੱਚ ਇਸ ਟੀਮ ਨੇ ਫੇਰੀ ਪਾਈ ਸੀ ਉਹਨਾਂ ਪਿੰਡਾਂ ਦੇ ਵਿਦਿਆਰਥੀ ਹੁਣ ਇਸ ਸਕੂਲ ਦੇ ਵਿੱਚ ਦਾਖਲਾ ਲੈਣ ਦੇ ਲਈ ਹਰ ਸਾਲ ਆਪ ਮੁਹਾਰੇ ਪਹੁੰਚ ਰਹੇ ਨੇ ਅਹਿਮ ਖਬਰਾਂ ਜੀ ਹੁਣ ਸਾਲ ਦੇ ਵਿੱਚ 7 ਵਾਰ ਗੁਰੂਤਾਮਾ ਦੇ ਦਰਸ਼ਨ ਲਈ ਪਾਕਿਸਤਾਨ ਜਾਣਗੇ ਸਿੱਖ ਸਰਦਾਰੂ ਪਾਕਿਸਤਾਨ ਦੇ ਵਿੱਚ ਗੁਰੂਤਾਮਾ ਦੇ ਦਰਸ਼ਨ ਦੇ ਲਈ ਹੁਣ ਸਿੱਖ ਸਰਦਾਰੂ ਸਾਲ ਵਿੱਚ 4 ਦੀ ਬਜਾਏ 7 ਵਾਰ ਜਾ ਸਕਣਗੇ ਇਸ ਖਬਰ ਦੇ ਨਾਲ ਸਿੱਖ ਸਰਦਾਰਾਂ ਦਵਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਮੀਡੀਆ ਰਿਪੋਰਟਾਂ ਅਨੁਸਾਰ ਲਹਿੰਦੇ ਪੰਜਾਬ ਤੋਂ ਮੰਤਰੀ ਮਹਿੰਦਰਪਾਲ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਇਮਰਾਨ ਖਾਨ ਸਰਕਾਰ ਨੇ ਇਸ ਸੰਬੰਧੀ ਫੈਸਲਾ ਲਿਆ ਕਿ ਹੁਣ ਚਾਰ ਵਾਰ ਦੀ ਬਜਾਏ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਲੀ ਸੰਗਤ ਨੂੰ ਸੱਤ ਵਾਰ ਆਉਣ ਦੀ ਇਜਾਜ਼ਤ ਹੈ ਆਈਪਲ ਵਿੱਚ ਬਿਨਾ ਵਜਾ ਟੂਰਨਾਮੈਂਟ ਛੱਡ ਕੇ ਨਹੀਂ ਜਾ ਸਕਣਗੇ ਖਿਡਾਰੀ ਬੀਸੀਸੀਆਈ ਬਣਾਏਗਾ ਸਖਤ ਨਿਯਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਜਿਹੀ ਨੀਤੀ ਲਿਆਉਣ ਤੇ ਵਿਚਾਰ ਕਰ ਰਹੀ ਹੈ ਜਿਸ ਨਾਲ ਖਿਡਾਰੀਆਂ ਨੂੰ ਬਿਨਾਂ ਕਿਸੇ ਕਾਰਨ ਦੇ ਆਈਪੀਐਲ ਤੋਂ ਬਾਹਰ ਕੀਤੇ ਜਾਣ ਤੋਂ ਰੋਕਿਆ ਜਾ ਸਕੇਗਾ। ਇਹ ਕਦਮ ਕੁਝ ਫਰੈਂਚੀ ਵੱਲੋਂ ਇਸ ਸਬੰਧ ਵਿੱਚ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ। ਪੰਜਾਬ ਦੇ ਮੁਕੇਰੀਆਂ ਤੋਂ ਵੱਡੇ ਤਿੰਦਵੇਂ ਨੇ ਉਡਾਏ ਇਲਾਕੇ ਵਾਸੀਆਂ ਦੇ ਹੋਸ਼ 15 ਘੰਟੇ ਬਾਅਦ ਆਇਆ ਕਾਬੂ। ਪੰਜਾਬ ਦੇ ਵਿੱਚ ਇੱਕ ਚੀਤਾ ਸੋਮਵਾਰ ਮੰਗਲਵਾਰ ਦਰਮਿਆਨੀ ਰਾਤ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਕਸਬੇ ਵਿੱਚ ਦਾਖਲ ਹੋ ਗਿਆ। ਮੁਕੇਰੀਆਂ ਪੰਜਾਬ ਦਾ ਸਰਹੱਦੀ ਖੇਤਰ ਦੇ ਵਿੱਚ ਸਥਿਤ ਹੈ ਦੂਜੇ ਪਾਸੇ ਹਿਮਾਚਲ ਹੈ ਤੇ ਇਹ ਚੀਤੇ ਦੀ ਉਸ ਪਾਸੇ ਮੁਕੇਰੀਆਂ ਦੀ ਰਹਿਸ਼ ਇਲਾਕੇ ਦੇ ਵਿੱਚ ਪਹੁੰਚ ਗਿਆ ਮੰਗਲਵਾਰ ਸਵੇਰੇ ਲੋਕਾਂ ਦੇ ਪੀੜ ਨੂੰ ਦੇਖ ਕੇ ਤਿੰਨ ਦੋਆ ਮੁਕੇਰੀਆਂ ਸ਼ਹਿਰ ਤੇ ਇੱਕ ਖੰਡਰ ਵਿੱਚ ਜਾ ਲੁਕਿਆ ਜੀਵ ਵਿਭਾਗ ਦੇ ਅਧਿਕਾਰੀ ਪੁਲਿਸ ਟੀਮ ਸਮੇਤ ਮੌਕੇ ਤੇ ਪੁੱਜੇ 15 ਘੰਟੇ ਦੀ ਕੋਸ਼ਿਸ਼ ਤੋਂ ਬਾਅਦ 6:30 ਵਜੇ ਉਸ ਨੂੰ ਕਾਬੂ ਕਰ ਲਿਆ ਗਿਆ ਪ੍ਰਸ਼ਾਂਤ ਕਸ਼ੋਰ ਬੋਲੇ ਰਾਤੋ ਰਾਤ ਕੌਮੀ ਪਾਰਟੀ ਨਹੀਂ ਬਣੇਗੀ ਆਪ ਭਾਜਪੀ ਨੂੰ ਚੁਣੌਤੀ ਦੇਣ ਚੁ ਲੱਗਣਗੇ 20 ਸਾਲ ਭ੍ਰਸ਼ਟਾ ਕਲੱਬ ਦੇ ਖਿਲਾਫ ਚੱਲੇ ਰਾਸ਼ਟਰੀ ਪੱਤਰ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਨਿਕਲੀ ਆਮ ਆਦਮੀ ਪਾਰਟੀ ਨੂੰ ਨਵੰਬਰ ਵਿੱਚ 2022 ਨੂੰ 10 ਸਾਲ ਪੂਰੇ ਹੋ ਜਾਣਗੇ ਪੰਜਾਬ ਵਿਧਾਨ ਸਭਾ ਚੋਣਾਂ 2022 ਚ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਸਿਆਸੀ ਆਗੂਆਂ ਦੀ ਜਮਾਨਤਾਂ ਜ਼ਬਤ ਕਰਵਾ ਕੇ ਸੱਤਾ ਤੇ ਕਾਬਜ਼ ਹੋਈ ਆ ਆਪ ਹੁਣ ਦੁਬਾਰਾ ਕੌਮੀ ਪਾਰਟੀ ਬਣਨ ਵੱਲ ਤੇਜ਼ੀ ਨਾਲ ਕਦਮ ਵਧਾਰੀਆ ਹਾਲਾਂਕਿ ਦਿੱਲੀ ਤੋਂ ਪੰਜਾਬ ਤੋਂ ਇਲਾਵਾ ਹੋਰ ਕਿਸੇ ਰਾਜ ਵਿੱਚ ਇਸ ਪਾਰਟੀ ਨੂੰ ਜਹੀ ਸਫਲਤਾ ਨਹੀਂ ਮਿਲੀ ਬਹਿਬਲ ਕਲਾ ਧਰਨੇ 'ਚ ਪਹੁੰਚੇ ਨਵਜੋਤ ਸਿੱਧੂ ਪੀੜਤ ਪਰਿਵਾਰਾਂ ਨਾਲ ਕੀਤੀ ਗੱਲਬਾਤ ਬਰਗਾੜੀ ਵਿਖੇ ਸ੍ਰੀ ਗੁਰੂਗ੍ਰਾਮ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਬਹਿਬਲ ਕਲਾ ਤੇ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਦੇ ਖਿਲਾਫ ਇਨਸਾਫ ਦੀ ਮੰਗ ਜਾਰੀ ਆ ਪੀੜਤ ਪਰਿਵਾਰਾਂ ਵੱਲੋਂ ਧਰਨਾ ਲਾਇਆ ਗਿਆ ਤੇ ਅੱਜ ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਉੱਥੇ ਪਹੁੰਚੇ ਉਹਨਾਂ ਨੇ ਉਸ ਤੋਂ ਬਾਅਦ ਤਸਵੀਰ ਸਾਂਝੀ ਕੀਤੀ ਤੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣਾ ਟਵੀਟ ਕੀਤਾ ਇੰਤਹਾ ਹੋ ਗਈ ਇੰਤਜ਼ਾਰ ਕੀ ਸਿੱਧੂ ਨੇ ਕਿਹਾ ਕਿ ਮੈਂ ਸੱਤਾ ਅੱਡ ਕੇ ਸੱਤਾ ਛੱਡ ਕੇ ਝੂੜੀਆਂ ਵੀ ਐਡੀਆਂ ਮੁੱਖ ਮੰਤਰੀ ਦੇ ਸਾਹਮਣੇ ਡਟਿਆ ਵੀ ਤਿੰਨ ਵਿਸ਼ੇਸ਼ ਜਾਂਚ ਟੀਮਾਂ ਚਾਰ ਗ੍ਰਹਿ ਮੰਤਰੀ ਤਿੰਨ ਮੁੱਖ ਮੰਤਰੀ ਇਹ ਸਭ ਕਪੜੇ ਇਹ ਬਦਲ ਰਹੇ ਨੇ ਪਰ ਕਿਸੇ ਨੇ ਨਿਆਂ ਨਹੀਂ ਦਿੱਤਾ ਖਾਨੇਚੂ ਪੱਗ ਦੀ ਬਦਬੀ ਦਾ ਮਾਮਲਾ ਪਾਕਿਆ ਪੀੜਤ ਨੇ ਲਾਇਲ ਪੁਲਿਸ ਤੇ ਵੱਡੇ ਰੋਪਕਨਾਂ ਦੇ ਵਿੱਚ ਇੱਕ ਹਮਲੇ ਦੌਰਾਨ ਪਾਗ ਉਤਾਰਨ ਦੇ ਮਾਮਲੇ ਦੀ ਕਾਰਵਾਈ ਨਾ ਹੋਣ ਤੋਂ ਖਫਾ ਪੀੜਤ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਮਰਾਲਾ ਚੌਂਕ ਦੇ ਵਿੱਚ ਧਰਨਾ ਲਾਇਆ ਪੀੜਤ ਨੇ ਪੰਜਾਬ ਪੁਲਿਸ ਦੇ ਕੇਐਸਆਈ ਉੱਪਰ ਦੋਚੀਆਂ ਨੂੰ ਬਚਾਉਣ ਦੇ ਰੋਪ ਲਾਇਏ ਨੇ ਪੀੜਤ ਨੌਜਵਾਨ ਨੇ ਚੇਤਾਵਨੀ ਦਿੱਤੀ ਜੇਕਰ 24 ਘੰਟੇ ਜੋ ਦੋਚੀਆਂ ਖਿਲਾਫ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਤਾਂ ਉਹ ਆਪਣੇ ਵਾਲ ਕਟਾ ਦੇਵੇਗਾ ਉਸ ਦਾ ਕਹਿਣਾ ਹੈ ਕਿ ਜੇਕਰ ਉਸਨੇ ਆਪਣੇ ਤਾਜ ਦੀ ਬਦਬੀ ਲਈ ਇਨਸਾਫ ਨਹੀਂ ਮਿਲ ਸਕਦਾ ਤਾਂ ਫਿਰ ਉਸ ਦੇ ਤਾਜ ਦਾ ਕੀ ਕਰੇਗਾ ਇਸ ਤੋਂ ਬਾਅਦ ਕ੍ਰਿਸ਼ਨ ਲਾਲ ਦੇ ਹੱਕ ਜੋਏ ਨੇ ਹੰਗਰ ਨੇ ਕਿਹਾ ਹੈ ਕਿ ਜੇਕਰ ਪੰਜਾਬ ਅੰਦਰ ਪੱਗ ਹੀ ਸੁਰੱਖਿਤ ਨਹੀਂ ਤਾਂ ਹੋਰ ਕਿੱਥੇ ਹੋ ਸਕਦੀ ਹੈ ਉਨਾ ਨੇ ਪੰਜਾਬ ਪੁਲਿਸ ਨੂੰ ਮੁੱਲਜਮਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਬਲੱਡ ਪ੍ਰੈਸ਼ਰ ਹੈ ਤਾਂ ਆਪਣੇ ਸਰੀਰ ਦੇ ਭਾਰ ਨੂੰ ਸਹੀ ਰੱਖੋ ਡਾਕਟਰ ਸ਼ੀਨਾ ਹੋਰਾਂ ਨੇ ਵੱਡਾ ਬਿਆਨ ਦਿੱਤਾ ਹੈ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਤੇ ਲੱਗੇਗਾ ਵਿਰਾਮ ਤੁਰਕੀ ਵਿੱਚ ਹੋਈ ਗੱਲਬਾਤ ਦਾ ਨਿਕਲਿਆ ਨਤੀਜਾ ਰੂਸ ਅਤੇ ਯੂਕਰੇਨ ਦੇ ਵਿਚਾਲੇ ਮੰਗਲਵਾਰ ਨੂੰ ਗੱਲਬਾਤ ਖਤਮ ਹੋ ਗਈ ਹੈ ਜੀ ਤੁਰਕੀ ਦੇ ਇਸਤਬੁਲ ਵਿੱਚ ਦੋਹਾਂ ਦੇਸ਼ਾਂ ਦੇ ਵਿਚਾਲੇ 3 ਘੰਟੇ ਤੱਕ ਗੱਲਬਾਤ ਹੋਈ ਦੋਹਾਂ ਦੇਸ਼ਾਂ ਵਿਚਾਲੇ ਜੰਗ ਬੰਦੀ ਦੇ ਸਮਝੌਤੇ ਦੀ ਉਮੀਦ ਹੈ ਰੂਸੀ ਵਕਤ ਦਾ ਕਹਿਣਾ ਹੈ ਕਿ ਗੱਲਬਾਤ ਪੋਜੀਟਿਵ ਰਹੀ ਹੈ ਦੋਹਾਂ ਦੇਸ਼ਾਂ ਵਿਚਾਲੇ ਅਗਲੇ 2 ਹਫਤੇ ਤੱਕ ਗੱਲਬਾਤ ਚੱਲਦੀ ਰਹੇਗੀ ਰੂਸ ਚਾਹੁੰਦਾ ਹੈ ਕਿ ਯੂਕਰੇਨ ਆਟੋ ਵਿੱਚ ਸ਼ਾਮਲ ਨਾ ਹੋਵੇ ਤੇ ਡੋਨਬਾਸ ਖੇਤਰ ਨੂੰ ਆਜ਼ਾਦ ਐਲਾਨਿਆ ਜਾਵੇ ਲਗਭਗ ਤਾਂ ਹੈ ਕਿ ਯੂਕਰੇਨ ਨੇ ਰੂਸ ਦੀਆਂ ਮੰਗਾਂ ਨੂੰ ਮੰਨ ਲੀਆਂ ਹਨ ਦੂਜੇ ਪਾਸੇ ਯੂਕਰੇਨ ਨੇ 8 ਦੇਸ਼ਾਂ ਤੋਂ ਸੁਰੱਖਿਆ ਗਾਰੰਟੀ ਮੰਗੀ ਹੈ ਗਰੀਬਾਂ ਦੇ ਪੈਸੇ ਨਾਲ ਬਣਨਗੀਆਂ ਦੇਸ਼ ਦੀਆਂ ਸੜਕਾਂ ਨਿਤਨ ਗੜਕਰੀ ਦਾ ਵੱਡਾ ਪਲਾਨ ਹੈ ਜੀ ਭਾਰਤ ਵਿੱਚ 38 ਕਿਲੋਮੀਟਰ ਪ੍ਰਤੀ ਦਿਨ ਦੀ ਦਰ ਨਾਲ ਸੜਕਾਂ ਬਣਾਈਆਂ ਜਾ ਰਹੀਆਂ ਨੇ ਜੋ ਕਿ ਇੱਕ ਰਿਕਾਰਡ ਹੈ ਕਿਤੇ ਸੜਕਾਂ ਸਟੀਲ ਦੀਆਂ ਬਣੀਆਂ ਹਨ ਕਿਤੇ ਪਲਾਸਟਿਕ ਦੇ ਕੂੜੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਕਈ ਵੱਡੀਆਂ ਕੰਪਨੀਆਂ ਸੜਕ ਨਿਰਮਾਣ ਵਿੱਚ ਪੈਸਾ ਲਾ ਰਹੀਆਂ ਨੇ ਪਰ ਹੁਣ ਇਸ ਕੜੀ ਦੇ ਵਿੱਚ ਵੱਡੀ ਪ੍ਰਾਪਤੀ ਜੁੜਨ ਜਾ ਰਹੀ ਹੈ ਜਿ ਗਰੀਬ ਦਾ ਪੈਸਾ ਭਾਰਤ ਦੀਆਂ ਸੜਕਾਂ ਤੇ ਲੱਗੇਗਾ ਸਰਕਾਰ ਦੀ ਵਿਅਕਤਬੰਦੀ ਕਿਸਾਨ ਚਪੜਾਸੀ ਚੌਂਕੀਦਾਰ ਸਰਕਾਰੀ ਮੁਲਾਜ਼ਮਾਂ ਅਫਸਰਾਂ ਤੋਂ ਲੈ ਕੇ ਸਮਾਜ ਦੇ ਹਰ ਵਰਗ ਦਾ ਪੈਸਾ ਸੜਕ ਬਣਾਉਣ ਦੇ ਲਈ ਵਰਤਿਆ ਜਾਵੇ ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ਵਰਗ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਕਾਇਆ ਰਕਮ ਰਿਲੀਜ਼ ਕਰ ਦਿੱਤੀ ਗਈ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਲਾਣਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ 3 ਮਹੀਨੇ ਬਾਅਦ ਲਈ ਜਾਂਦੀ ਮੈਟ੍ਰਿਕ ਕলেকਸ਼ਨ ਪੱਧਰੀ ਵਿਸ਼ਾ ਪੰਜਾਬੀ ਦੀ ਪ੍ਰੀਖਿਆ ਦਾ 4 ਅਤੇ 5 ਮਾਰਚ ਨੂੰ ਕਰਵਾਈ ਗਈ ਔਰ ਜੀਜੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਕਿੰਨੇ ਬਾਹਰੀ ਲੋਕਾਂ ਨੇ ਖਰੀਦੀ ਚੁੱਕੀ ਜਾਇਦਾਦ ਕੇਂਦਰ ਸਰਕਾਰ ਨੇ ਦਿੱਤੀ ਜਾਣਕਾਰੀ ਸੰਸਦ ਦੇ ਵਿੱਚ ਜਾਣਕਾਰੀ ਦਿੱਤੀ ਹੈ ਜੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਦੱਸਿਆ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਯੂਟੀ ਦੇ ਵਿੱਚ 34 ਲੋਕਾਂ ਨੇ ਜਾਇਦਾਦ ਖਰੀਦੀ ਹੈ ਪਟਿਆਲਾ ਦੇ ਵਿਧਾਇਕ ਦੇ ਪ੍ਰਾ ਦੀ ਫੈਕਟਰੀ ਨੂੰ ਹਾਦਸਾ ਸ਼ੈਡ ਡਿੱਗਣ ਨਾਲ ਦੋ ਦੀ ਮੌਤ ਜ਼ਿਕਰ ਜ਼ਿਲਕਪੁਰ ਵਿੱਚ ਫੈਕਟਰੀ 'ਚ ਵਾਪਰੇ ਦਰਦਨਾਕ ਹਾਦਸੇ 'ਚ ਦੋ ਔਰਤਾਂ ਦੀ ਮੌਤ ਹੋ ਗਈ ਦੋ ਮਜ਼ਦੂਰ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਇਸ ਤੋਂ ਇਲਾਵਾ ਕੁਝ ਹੋਰ ਮਜ਼ਦੂਰਾਂ ਨੂੰ ਵੀ ਸੱਟਾਂ ਲੱਗੀਆਂ ਸਬੰਧਤ ਘਟਨਾ ਜ਼ੀਰਕਪੁਰ ਦੇ ਪਿੰਡ ਰਾਮਪੂਰਾ ਕਲਾ ਦੇ ਨੇੜੇ ਇੱਕ ਨਵੀਂ ਉਸਾਰੀ ਫੈਕਟਰੀ ਦੇ ਵਿੱਚ ਵਾਪਰੀ ਲੰਬੇ ਚੂ ਫਸਲਾਂ ਦੇ ਮਾਅਬਜ਼ੇ ਦੀ ਮੰਗ ਦੌਰਾਨ ਸਰਕਾਰੀ ਅਧਿਕਾਰੀਆਂ ਨੂੰ ਬੰਦਕ ਬਣਾਉਣ ਦੇ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਡੀਸੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਜੱਟ ਕੰਡਿਆ ਅਧਿਕਾਰੀਆਂ ਨੂੰ ਬੰਦਕ ਬਣਾ ਕੇ ਰੱਖਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ ਮਲੇਰਕੋਟਲਾ ਵੱਲੋਂ ਕੰਬਾਈਨਾਂ ਨਾਲ ਕਟਣ ਕਣਕ ਕਟਣ ਦੇ ਸ਼ਾਮ 7 ਤੋਂ ਸਵੇਰ 10 ਵਜੇ ਤੱਕ ਪਾਬੰਦੀ ਹੈ ਜ਼ਿਲ੍ਹਾ ਮਲੇਰਕੋਟਲਾ ਮੈਜਿਸਟਰੇਟ ਸ਼੍ਰੀਮਤੀ ਮਾਧਵੀ ਗਟਾਰੀਆ ਵੱਲੋਂ ਧਾਰਾ 144 ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮਲੇਰਕੋਟਲਾ ਅੰਦਰ ਸ਼ਾਮ 7 ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਦੇ ਨਾਲ ਕਣਕ ਕਟਣ 'ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਡਾਕਟਰ ਕੋਬੂਰਾ ਨੇ ਰੁਸਤਮਹਿੰਦ ਪਹਿਲਵਾਨ ਦੇ ਬੇਸਹਾਰਾ ਪਰਿਵਾਰ ਦੇ ਪੜੀ ਬਾ ਰੁਸਤਮਹਿੰਦ ਦਾ ਕਿਤਾਬ ਹਾਸਲ ਕਰਨ ਵਾਲੇ ਪਿੰਡ ਭਾਗੋਵਾਲ ਦੇ ਨਾਮਵਾਰ ਪਹਿਲਵਾਨ ਕੋਲਾ ਦੇ ਬੇਸਹਾਰਾ ਹੋਏ ਪਰਿਵਾਰ ਦੀ ਮਦਦ ਫੜਦੇ ਆ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ ਸਿੰਘ ਉਬਰਾਏ ਵੱਲੋਂ ਪਰਿਵਾਰ ਦੇ ਦੋ ਮਹਿਲਾ ਮੈਂਬਰਾਂ ਦੀ ਮਹੀਨੇਵਾਰ ਪੈਨਸ਼ਨ ਲਈ ਗਈ ਹੈ ਕਿਸਾਨਾਂ ਲਈ ਖੁਸ਼ਖਬਰੀਆ ਮੋਦੀ ਸਰਕਾਰ ਨੇ ਈ ਕੇਵਾਈਸੀ ਦਾ ਸਮਾਂ ਸੀਮਾ ਵਿਧਾਈ ਪ੍ਰਧਾਨ ਮੰਤਰੀ ਕਿਸਾਨ ਸਨਮਾਨਨੀ ਦੀ ਯੋਜਨਾ ਤਹਿਤ ਕੇਂਦਰ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਸਾਲਾਨਾ 6000 ਰੁਪਏ ਟਰਾਂਸਫਰ ਕਰਦੀ ਹੈ 4 ਮਹੀਨੇ ਬਾਅਦ ਕਿਸਾਨਾਂ ਦੇ ਖਾਤਿਆਂ ਵਿੱਚ 2000 ਰੁਪਏ ਟਰਾਂਸਫਰ ਕੀਤੇ ਜਾਂਦੇ ਨੇ ਤੇ ਹੁਣ ਇਸ ਸਕੀਮ ਦੀਆਂ 10 ਕਿਸ਼ਤਾਂ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਚੁੱਕੀਆਂ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨਯੀ ਦੀ ਯੋਜਨਾ ਤਹਿਤ ਰਜਿਸਟਰਡ ਕਿਸਾਨਾਂ ਦੇ ਲਈ ਖੁਸ਼ਖਬਰੀ ਹੈ ਕੇਂਦਰ ਸਰਕਾਰ ਨੇ ਸਕੀਮ ਦਾ ਲਾਭ ਲੈਣ ਲਈ ਲਾਜ਼ਮੀ ਈ ਕੇ ਵਾਈ ਸੀ ਦੀ ਸਮਾਂ ਸੀਮਾ ਵਧਾ ਦਿੱਤੀ ਹੈ ਜਿਸ ਨੂੰ 31 ਮਾਰਚ 2022 ਸੀ ਇਸ ਨੂੰ ਹੁਣ 22 ਮਈ 2022 ਤੱਕ ਪੂਰਾ ਕੀਤਾ ਜਾ ਸਕਦਾ ਹੈ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਵੱਲੋਂ ਆਰਟੀਐਸ ਨੂੰ ਨਾਜਾਇਜ਼ ਬਸਾਂ ਰੋਕਣ ਲਈ ਚੈਕਿੰਗ ਮੁਹਿੰਮ ਵਿੱਢਣ ਦੀਆਂ ਹਦਾਇਤਾਂ ਅਪ੍ਰੈਲ ਚ ਬੈਂਕਾਂ ਦੀਆਂ ਆ ਰਹੀਆਂ ਨੇ ਲੰਬੀਆਂ ਛੁੱਟੀਆਂ ਲਿਸਟ ਦੇਖ ਕੇ ਨੋਟ ਕਰੋ ਤਰੀਕਾ ਤੇ ਕਰਨ ਦੇ ਲਈ ਚੈਨਲ ਤੇ ਪਹੇ ਸ਼ਾਰਟ ਵੀਡੀਓ ਚੈੱਕ ਕਰੋ ਅਗਲੀ ਵੱਡੀ ਖਬਰ ਆ ਜੀ ਇੰਦੋਰ ਤੋਂ ਜਿੱਥੇ ਘਰ ਦੇ ਵਿੱਚ ਪੀਐਮ ਮੋਦੀ ਦੀ ਤਸਵੀਰ ਲਾਉਣ ਤੇ ਮਕਾਨ ਮਾਨਕ ਬੋਲਿਆ ਫੋਟੋ ਹਟਾਓ ਜਾਂ ਖਾਲੀ ਕਰੋ ਮਕਾਨ ਮੱਧ ਪ੍ਰਦੇਸ਼ ਦੇ ਵਿੱਚ ਪੀਐਮ મોદી ਦੀ ਫੋਟੋ ਲਾਉਣ ਨਾ ਕਰਾਇਦਾਰ ਨੂੰ ਭਾਰੀ ਪੈ ਗਿਆ ਉਸ ਮਕਾਨ ਮਾਲਕ ਨੇ મોદી ਦੀ ਤਸਵੀਰ ਹਟਾਉਣ ਦੇ ਦਬਾਅ ਪਾ ਰਿਹਾ ਕਰਾਇਦਾਰ ਦੇ ਮੁਤਾਬਕ ਮਕਾਨ ਮਾਲਕ ਨੇ ਉਸ ਨੂੰ ਧਮਕੀ ਦਿੱਤੀ ਜੇ ਤਸਵੀਰ ਹਟਾਓ ਜਾਂ ਮਕਾਨ ਖਾਲੀ ਕਰੋ ਨਹੀਂ ਤਾਂ ਉਹ ਉਸ ਨੂੰ ਮਾਰ ਦੇਵੇਗਾ ਇਹ ਸੁਣ ਕੇ ਉਸ ਦੀ ਮਾਂ ਨੂੰ ਹਾਰਟ ਅਟੈਕ ਆ ਗਿਆ ਤੇ ਉਹ ਹਸਪਤਾਲ ਦੇ ਵਿੱਚ ਭਰਤੀ ਹੈ ਪੰਜਾਬ ਦੇ ਵਿੱਚ 1 ਅਪ੍ਰੈਲ ਤੋਂ ਮਹਿੰਗੀ ਹੋ ਜਾਵੇਗੀ ਯਾਤਰਾ 11% ਦੇ ਵਧੇਗਾ ਟੋਲ ਟੈਕਸ ਨੈਸ਼ਨਲ ਹਾਈਵੇ ਟਾਉਟਿਨ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਟੋਲ ਟੈਕਸ ਦਰਾਂ ਵਿੱਚ ਸੋਧ ਕੀਤੀ ਆ ਪੰਜਾਬ ਚ ਰਾਸ਼ਟਰੀ ਰਾਜਮਾਰਗਾਂ ਤੇ ਆਉਣ ਵਾਲੇ 11 ਟੂਲ ਪਲਾਜ਼ਾ ਤੇ 1 ਅਪ੍ਰੈਲ ਤੋਂ ਹੁਣ ਡਰਾਈਵਰਾਂ ਨੂੰ ਵਾਧੂ ਹੋਈ ਟੋਲ ਟੈਕਸ ਦੇਣੀ ਪਵੇਗੀ ਕਿਸਾਨਾ ਗੁਰ ਕੇਸ਼ਟ ਕਾਟ ਫਿਰ ਧਰਨੇ ਤੇ ਬੈਠੇ ਪੁਲਸ ਉੱਤੇ ਤੱਕੇ ਸ਼ਹੀਦੇ ਦੋਤ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਜ਼ਿਲ੍ਹੇ ਦੇ ਵਿੱਚ ਉਸ ਸਮੇਂ ਹੜਕਾਨ ਬਮਾਚ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਕੇਸ਼ਟ ਕਾਟ ਆਪਣੇ ਸਮਰਥਕਾਂ ਨਾਲ ਨਗਰ ਕੂਟਵਾਲੀ ਜੂ ਧਰਨੇ ਤੇ ਬੈਠ ਕੇ ਦੱਸਿਆ ਜਾ ਰਿਹਾ ਕਿ ਬੀਕੇਯੂ ਦੇ ਕੁਝ ਵਰਕਰਾਂ ਨੂੰ ਪੁਲਿਸ ਨੇ ਕੁੱਟਮਾਰ ਦੇ ਮਾਮਲੇ 'ਚ ਹਿਰਾਸਤ ਵਿੱਚ ਲਿਆ ਸੀ ਜਿਸ ਕਾਰਨ ਇਹ ਪ੍ਰਦਰਸ਼ਨ ਕੀਤਾ ਗਿਆ। ਆਥਾਂ ਦੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੇਰੋਜ਼ਗਾਰ ਨੌਜਵਾਨਾਂ ਨੇ ਕੀਤਾ ਲੁਧਿਆਣਾ ਦੇ ਵਿੱਚ ਹਾਈਵੇ ਜਾਮ ਪੰਜਾਬ ਦੇ ਵਿੱਚ ਬਣੀ। ਨਵੀਂ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਬੇਰੋਜ਼ਗਾਰ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰਦਰਸ਼ਨਕਾਰੀ ਨੌਜਵਾਨ ਪਾਣੀ ਵਾਲੀ ਟੈਂਕੀ ਤੇ ਵੀ ਚੜ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਹੁਣ ਉਹਨਾਂ ਨੇ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ। ਤੇ ਹੱਥਾਂ ਦੇ ਵਿੱਚ ਪਟ્રોલ ਦੀਆਂ ਬੋਤਲਾਂ ਵੀ ਪੜੀਆਂ ਨੇ ਭਗਵੰਤ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਗਰੰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ੇ ਦੇ ਬੋਝ ਤੋਂ ਮੁਕਤ ਕਰਨ ਦੀ ਗਰੰਟੀ ਦਾ ਐਲਾਨ ਕਰਦੇ ਉਤਰਕਾਉਰਤ ਦੀ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਨਾਮਵਰ ਯੂਨੀਵਰਸਿਟੀ ਦੀ ਮਾਨਮਤੀ ਅਤੇ ਅਸਲ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ ਇੱਥੇ ਗੁਰੂ ਤੇਗ ਬਹਾਦਰ ਖਾਲ ਵਿੱਚ ਪੰਜਾਬੀ ਫਿਲਮ ਅਤੇ ਟੀਵੀ ਐਕਟਰਸ ਐਸੋਸੀਏਸ਼ਨ ਅਤੇ ਯੂਨੀਵਰਸਿਟੀ ਵੱਲੋਂ ਕਰਵਾਏ ਤਿੰਨ ਰੋਜ਼ਾ ਪੰਜਾਬੀ ਸਿਨੇਮਾ ਟੈਲੀਵਿਜ਼ਨ ਦੇ ਤੇ ਥੀਏਟਰ ਸ਼ੋਅ ਦੇ ਵਿੱਚ ਸ਼ਾਮਲ ਆਖਰੀ ਦਿਨ ਸਮਾਗਮ ਦੀ ਪ੍ਰਧਾਨਗੀ ਕਰਦੇ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ